ਪਾਠ 3 ਲਗਾ ਮਾਤਰਾਵਾਂ ਅਤੇ ਲਗਾ ਅੱਖਰ ਲਗਾ ਮਾਤਰਾਵਾਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਅੱਖਰਾਂ ਦੇ ਨਾਲ ਕੁਝ ਚਿੰਨ ਲਗਾਏ ਜਾਂਦੇ ਹਨ ਜਿਨ੍ਹਾਂ ਨੂੰ ਲਗਾ ਮਾਤਰਾਵਾਂ ਆਖਿਆ ਜਾਂਦਾ ਹੈ ਇਹ ਲਗਾ ਤਿੰਨ ਸਵਰ ਅੱਖਰਾਂ ਊੜਾ ਐੜਾ ਈੜੀ ਨੂੰ ਲਗਾਏ ਗਏ ਚਿੰਨ ਹੁੰਦੇ ਹਨ ਅਤੇ ਇਹੋ ਹੀ ਸਵਰ ਮੁਹਾਰਨੀ ਹੁੰਦੀ ਹੈ ਜਿਵੇਂ ਐੜਾ ਐੜੇ ਨੂੰ ਕੰਨਾ ਆ ਈੜੀ ਨੂੰ ਸਿਆਰੀ ਈ ਈੜੀ ਨੂੰ ਬਿਹਾਰੀ ਈ ਊੜੇ ਔਂਕੜ ਊ ਊੜੇ ਦੁਲਾਣਕੜ ਊ ਈੜੀ ਲਾ ਏ ਐੜੇ ਨੂੰ ਦੁਲਾਵਾ ਐ ਊੜੇ ਹੋੜਾ ਔ ਐੜੇ ਕਨੌੜਾ ਔ ਸਵਰ ਅੱਖਰਾਂ ਨੂੰ ਪਰੇ ਕਰਨ ਤੋਂ ਬਾਅਦ ਜੋ ਚਿੰਨ ਬਾਕੀ ਰਹਿੰਦੇ ਹਨ ਪਸ ਉਹ ਹੀ ਲਗਾ ਹਨ ਪੰਜਾਬੀ ਵਿੱਚ ਇਹ 10 ਲਗਾ ਦੇ ਨਾਂ ਅਤੇ ਚਿੰਨ ਇਸ ਪ੍ਰਕਾਰ ਹਨ ਲਗਾ ਦੇ ਨਾਂ ਚਿੰਨ ਸਵਰ ਮੁਹਾਰਨੀ ਉਦਾਹਰਨਾਂ ਮੁਕਤਾ ਚਿੰਨ ਰਹਿਤ ਐੜਾ ਕਮਲ ਸੜਕ ਟਮਟਮ ਕੰਨਾ ਐੜੇ ਨੂੰ ਕੰਨਾ ਆ ਕਾਰ ਨਾਨਾ ਮਾਮਾ ਸਿਆਰੀ ਈੜੀ ਨੂੰ ਸਿਆਰੀ ਈ ਮਿਲ ਦਿਲ ਸਿਰ ਬਿਹਾਰੀ ਈੜੀ ਨੂੰ ਬਿਹਾਰੀ ਈ ਪੀਰ ਦੀਦੀ ਖੀਰ ਔਕੜ ਊੜੇ ਔਕੜ ਊ ਪੁੱਲ ਗੁਣ ਸੁਣ ਦੁਲੈਂਕੜ ਊੜੇ ਦੁਲੈਂਕੜ ਊ ਬੂੰਦ ਊਣਾ ਚੂਰਾ ਲਾ ਈੜੀ ਨੂੰ ਲਾ ਏ ਵੇਲ ਏਕਤਾ ਪੇਪਰ ਦੁਲਾਵਾ ਐੜੇ ਨੂੰ ਦੁਲਾਵਾ ਐ ਐਬ ਪੈਰ ਖੈਰ ਹੋੜਾ ਊੜੇ ਹੋੜਾ ਓ ਮੋੜ ਤੋਲ ਵੋਟ ਕਨੌੜਾ ਐੜੇ ਕਨੌੜਾ ਤੌਰ ਔਖਾ ਸੌਖਾ ਲਗਾ ਦੀ ਵਰਤੋ ਪੰਜਾਬੀ ਦੀਆਂ ਸਾਰੀਆਂ 10 ਲਗਾ ਲੋੜ ਅਨੁਸਾਰ ਸਾਰੇ ਵਿਅੰਜਨਾਂ ਨਾਲ ਲੱਗਦੀਆਂ ਹਨ ਪਰ ਸਵਰ ਅੱਖਰਾਂ ਊੜਾ ਐੜਾ ਈੜੀ ਨਾਲ ਇਹਨਾਂ ਦੀ ਵਰਤੋਂ ਇਸ ਤਰ੍ਹਾਂ ਕੀਤੀ ਜਾਂਦੀ ਹੈ ਊੜਾ ਨਾਲ ਕੇਵਲ ਤਿੰਨ ਲਗਾ ਲੱਗਦੀਆਂ ਹਨ ਔਂਕੜ ਉਸ ਉਹੋ ਉੱਗਾ ਉੱਚਾ ਉન્નਤ ਉੱਤਰ ਆਦਿ ਦੁਲੈਂਕੜ ਸਾਊ ਉਚ ਊਠ ਊਣਾ ਉਦਮ ਆਦਿ ਹੋੜਾ ਓਮ ਓਟ ਓਕੜ ਓਪਰ ਓਸ ਆਦਿ ਐੜੇ ਨਾਲ ਕੇਵਲ ਚਾਰ ਲਗਾ ਲਗਦੀਆਂ ਹਨ ਮੁਕਤਾ ਚਿੰਨ ਰਹਿਦ ਅਰਕ ਅਜਰ ਅਮਲ ਅਸਲ ਆਦਿ ਕੰਨਾ ਆਸ ਆਟਾ ਆਰੀ ਆਸਨ ਆਦਿ ਦੁਲਾਵਾ ਐਸਾ ਐਬ ਐਨਕ ਐਤਵਾਰ ਆਦਿ ਕਨੋੜਾ ਔਲਾ ਔਖਾ ਔਰਤ ਓਕੜ ਆਦਿ ਈੜੀ ਨਾਲ ਕੇਵਲ ਤਿੰਨ ਲਗਾਣ ਲੱਗਦੀਆਂ ਹਨ ਸਿਹਾਰੀ ਇੱਕ ਇੱਧਰ ਇਮਲੀ ਇਸਤਰੀ ਆਦੀ ਬਿਹਾਰੀ ਈਦ ਈਰਖਾ ਈਨ ਈ사 ਈਸ਼ਵਰ ਆਦੀ ਲਾ ਏਸ ਇੱਧਰ ਏਕਾ ਇਕਮ ਏਕੜ ਆਦੀ ਲਗਾ ਅੱਖਰ ਲਗਾਖਰ ਦੋ ਅੱਖਰਾਂ ਦੇ ਮੇਲ ਨਾਲ ਬਣਿਆ ਹੈ ਜਿਵੇਂ ਲਗ ਅਤੇ ਅੱਖਰ ਭਾਵ ਜਿਹੜੇ ਚਿੰਨ ਅੱਖਰਾਂ ਨੂੰ ਲਗਾ ਲਗਾ ਕੇ ਫਿਰ ਲਗਾ ਦੇ ਨਾਲ ਸਹਾਇਕ ਚਿੰਨ ਵਜੋਂ ਵਰਤੇ ਜਾਂਦੇ ਹਨ ਉਹ ਲਗਾਖਰ ਹੁੰਦੇ ਹਨ ਸ਼ਬਦਾਂ ਦੇ ਸ਼ੁੱਧ ਰੂਪ ਲਈ ਪੰਜਾਬੀ ਵਿੱਚ ਲਗਾਖਰਾਂ ਦਾ ਬਹੁਤ ਮਹੱਤਵ ਹੈ ਲਗਾਖਰਾਂ ਦੀ ਵਰਤੋਂ ਤੋਂ ਬਿਨਾ ਤਾਂ ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਹਨ ਪੰਜਾਬੀ ਭਾਸ਼ਾ ਵਿੱਚ ਤਿੰਨ ਲਗਾਖਰ ਹਨ ਬਿੰਦੀ ਟਿੱਪੀ ਅਦਕ ਲਗਾ ਅੱਖਰਾਂ ਦੀ ਵਰਤੋਂ ਪੰਜਾਬੀ ਦੀਆਂ 10 ਲਗਾ ਦੇ ਨਾਲ ਤਿੰਨ ਲਗਾ ਅੱਖਰਾਂ ਦੀ ਇੱਕੋ ਜਿਹੀ ਵਰਤੋਂ ਨਹੀਂ ਹੁੰਦੀ ਸਗੋਂ ਵੱਖ-ਵੱਖ ਲਗਾ ਨਾਲ ਵੱਖੋ-ਵੱਖਰੇ ਲਗਾ ਅੱਖਰ ਲੱਗਦੇ ਹਨ ਬਿੰਦੀ ਬਿੰਦੀ ਅਤੇ ਟਿੱਪੀ ਦੀ ਆਵਾਜ਼ ਨੱਕ ਰਾਹੀਂ ਨਿਕਲਦੀ ਹੈ ਇਸ ਨੂੰ ਭਾਸ਼ਾ ਵਿਗਿਆਨੀ ਅੱਧੇ ਨੰਨੇ ਦੀ ਆਵਾਜ਼ ਵੀ ਆਖਦੇ ਹਨ ਇਸ ਦੀ ਵਰਤੋਂ ਸ਼ਬਦਾਂ ਨੂੰ ਨਾਸਕੀ ਰੂਪ ਦਿੰਦੀ ਹੈ ਕੁਝ ਲਗਾ ਨਾਲ ਬਿੰਦੀ ਲੱਗਦੀ ਹੈ ਅਤੇ ਕੁਝ ਲਗਾ ਨਾਲ ਟਿੱਪੀ ਲੱਗਦੀ ਹੈ ਬਿੰਦੀ ਦੀ ਵਰਤੋਂ 6 ਲਗਾ ਨਾਲ ਹੁੰਦੀ ਹੈ ਕੰਨਾ ਕਾਂ ਮਾਂ ਛਾਂ ਖਾ ਅਦੀ ਬਿਹਾਰੀ ਈ ਈਂਜੀਂਦ ਨੀ ਆਦਿ ਲਾ ਗੇਂਦ ਪੇਂਟ ਸੇਂਧ ਕੇਂਦਰ ਆਦੀ ਦੁਲਾਵਾ ਪੈਂਦ ਮੈਂ ਤੈ ਪੈਂਦਾ ਆਦੀ ਹੋੜਾ ਗੋਂਦ ਰੋਂਦੂ ਤੈਥੋਂ ਮੈਥੋਂ ਆਦੀ ਕਨੋੜਾ ਜੋ ਪੋਂ ਸੋਂ ਪੋਂ ਆਦੀ ਟਿੱਪੀ ਦੀ ਵਰਤੋਂ ਚਾਰ ਲਗਾ ਨਾਲ ਹੁੰਦੀ ਹੈ ਮੁਕਤਾ ਚਿੰਨ ਰਹਿਤ ਸੰਤ ਕੰਤ ਗੰਨ ਖੰਡ ਅੰਬ ਆਦੀ ਸੀਆਰੀ, ਹੰਗ, ਪਿੰਡ, ਸਿੰਘ, ਹਿੰਮਤ ਆਦਿ। ਔਂਕੜ, ਸੁੰਡ, ਪੁੰਨ, ਕੁੰਡ, ਸੁੰਦਰ, मुंदਰੀ ਆਦਿ। ਦੁਲੈਂਕੜ, ਡੂੰਗਾ, ਰੂਂ, ਕੂੰਡਾ, ਚੁੰਡੀ, ਭੂੰਡ ਆਦਿ। ਅੱਧਕ ਦੀ ਵਰਤੋਂ ਲਿਖੀਆਂ ਤਿੰਨ ਲਗਾ ਨਾਲ ਹੁੰਦੀ ਹੈ। ਮੁਕਤਾ ਕੋਈ ਚਿੰਨ ਨਹੀਂ। ਸੱਪ, ਹੱਕ, ਲੱਕ, ਮੱਛਰ, ਟੱਕਰ। ਸਿਹਾਰੀ, ਹੱਕ, ਸਿੱਖ, ਕਿੱਕਰ, ਪਿਪਲੀ ਸਟਿੱਕਰ ਔਂਕੜ ਸੁੱਕ ਮੁੱਚ ਹੁੱਕ ਭੁਖੜ ਟੁੱਕੜ ਜਦੋਂ ਕਿਸੇ ਸ਼ਬਦ ਦੇ ਉਚਾਰਨ ਵਿੱਚ ਕਿਸੇ ਅੱਖਰ ਦੀ ਆਵਾਜ਼ ਦੂਰੀ ਹੋ ਕੇ ਨਿਕਲੇ ਤਾਂ ਉਸ ਦੇ ਪਹਿਲੇ ਅੱਖਰ ਉੱਤੇ ਅੱਧਕ ਲਗਾਈ ਜਾਂਦੀ ਹੈ ਜਿਵੇਂ ਸੱਟ ਵੱਟ ਕਟਾ ਘਟਾ ਸੱਚਾ ਬੱਚਾ ਲੁੱੱਚਾ ਸੁੱਚਾ ਪੱਕਾ ਖੱਟੀ ਚੱਟੀ ਸੱਚੀ ਪੱਖੀ ਹੱਟੀ ਜੱਟੀ ਨਿੱਕੀ ਟਿੱਕੀ ਬਿੱਲੀ ਰੁੱਖਾ ਆਦਿ ਆਓ ਦੁਹਰਾਈਏ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਅੱਖਰਾਂ ਦੇ ਨਾਲ ਕੁਝ ਚਿੰਨ ਲਗਾਏ ਜਾਂਦੇ ਹਨ ਜਿਨ੍ਹਾਂ ਨੂੰ ਲਗਾ ਮਾਤਰਾਵਾਂ ਆਖਿਆ ਜਾਂਦਾ ਹੈ ਲਗਾ ਤਿੰਨ ਸਵਰ ਅੱਖਰਾਂ ਊੜਾ ਐੜਾ ਈੜੀ ਨੂੰ ਲਗਾਏ ਚਿੰਨ ਹਨ ਗੁਰਮੁਖੀ ਲਿਪੀ ਵਿੱਚ 10 ਲਗਾ ਹਨ ਲਗਾ ਅੱਖਰ ਉਹ ਚਿੰਨ ਹਨ ਜਿਹੜੇ ਲਗਾ ਦੇ ਨਾਲ ਵਰਤੇ ਜਾਂਦੇ ਹਨ ਬਿੰਦੀ ਦੀ 6 ਟਿੱਪੀ ਦੀ 4 ਅਤੇ ਅਦਕ ਦੀ ਤਿੰਨ ਲਗਾ ਨਾਲ ਵਰਤੋਂ ਹੁੰਦੀ